वाट काट देते हैं भैया वाट कर देते हैं तो हिंदी हाँ में वाट काट देते हैं। मैं दोनों च दोस्ती करवा देनी है। हो नहीं सकती भैया सवेर दे मैनू कह रहे सी मानी मैं परना बनना ਤੇ ਸਾਂਭ ਕੇ ਰੱਖਿਓ ਜਦ ਤੱਕ ਟੁੱਟਦਾ ਨਹੀਂ ਸਾਂਭਿਆ ਹੋਇਆ। ਅੱਛਾ ਤੁਸੀਂ ਕਹਿਣਾ ਚਾਹੁੰਦੇ ਹੋ ਆਪਾਂ ਇਹ ਵਾਲਾ ਤੋੜ ਦਵਾਂਗੇ। ਲੈ ਇਹ ਟੁੱਟੂਗਾ ਤਾਂ ਹੀ ਨਵਾਂ ਆਊਗਾ ਫਿਰ ਹੋਰ ਵੀ ਸੋਹਣਾ ਲੈ ਕੇ ਆਵਾਂਗੇ। ਸੋ ਹੇ ਗਾਇਸ ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਤੇ ਮੈਂ ਇੱਥੇ ਬੈਠੀ ਹੋਈ ਹਾਂ ਫਰੀ ਦੀਦੀ ਕੰਮ ਕਰੀ ਜਾਂਦੀ ਹੈ ਤੇ ਲੱਗਦਾ ਮੈਂ ਸੋਚਿਆ ਮੈਂ ਵਲੌਗ ਸਟਾਰਟ ਕਰ ਲੈਂਦੀ ਹਾਂ। ਸਰਦੀਆਂ ਦੇ ਵਿੱਚ ਕੰਮ ਥੋੜ੍ਹਾ ਲੇਟ ਲੇਟ ਹੀ ਹੋ ਜਾਂਦਾ ਤੇ ਉੱਥੇ ਤਾਂ ਧੁੱਪ ਨਿਕਲਦੀ ਨਹੀਂ ਸੀ, ਇੱਥੇ ਧੁੱਪ ਇੰਨੀ ਜ਼ਿਆਦਾ ਨਿਕਲਦੀ ਹੈ ਕਿ ਮੈਨੂੰ ਗਰਮੀ ਲੱਗਣ ਲੱਗ ਜਾਂਦੀ ਹੈ। ਗਰਮੀ ਬਹੁਤ ਲੱਗਦੀ ਹੈ ਇੱਥੇ ਧੁੱਪ, ਪਰ ਇੰਨਾ ਤਾਂ ਹੈ ਨਾ ਠੰਡ ਤੋਂ ਬਚਾ ਹੋ ਜਾਂਦਾ ਆ। ਉੱਥੇ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਫਿਰ ਔਖਾ ਵੀ ਲੱਗਦਾ ਧੁੰਦ ਦੇ ਵਿੱਚ ਹੈ ਨਾ, ਪਰ ਆਪਣੇ ਇੱਧਰ ਧੁੱਪ ਨਿਕਲ ਜਾਂਦੀ ਹੈ ਫਿਰ ਇੱਦਾਂ ਵਧੀਆ ਵਧੀਆ ਜਿਹਾ ਦਿਲ ਲੱਗਦਾ। ਉੱਥੇ ਧੁੰਦ ਬਹੁਤ ਹੈ ਇੱਥੇ ਧੁੱਪ ਬਹੁਤ ਹੈ, ਪਰ ਇੱਥੇ ਧੁੱਪ ਬਹੁਤ ਰਵੇ ਵਧੀਆ ਗੱਲ ਹੈ, ਜਦੋਂ ਤੱਕ ਸਰਦੀ ਉਦੋਂ ਤੱਕ ਧੁੱਪ ਰਵੇ ਵਧੀਆ। ਸਹੀ ਗੱਲ ਹੈ, ਧੁੱਪੇ ਗਰਮੀ ਲੱਗੇ ਤਾਂ ਬੰਦਾ ਅੰਦਰ ਜਾ ਸਕਦਾ, ਪਰ ਉੱਥੇ ਤਾਂ ਕੋਈ ਹੈ ਹੀ ਨਹੀਂ, ਹੀਟਰ ਲਾਉਣਾ ਪੈਂਦਾ। ਤੇ ਸਾਡਾ ਦਿਲ ਕੀਤਾ ਅਸੀਂ ਅੱਜ ਭਟੂਰੇ ਛੋਲੇ ਖਾਂਦੇ ਹਾਂ, ਹੈ ਨਾ ਦੀਦੀ? ਤੇ ਦੀਦੀ ਕੰਮ ਕਰਦੇ ਪਿਆ ਤੇ ਭਈਆ ਨੂੰ ਭਟੂਰੇ ਛੋਲੇ ਲੈਣ ਭੇਜਦਾ ਆ, ਤੇ ਹੁਣ ਭਈਆ ਆਣਗੇ ਤੇ ਆਪਾਂ ਧੁੱਪੇ ਹੀ ਖਾਵਾਂਗੇ। ਦੇਖਦੇ ਆ ਜੇ ਇੱਥੇ ਸੈਟਲਮੈਂਟ ਹੋ ਗਈ ਤਾਂ ਇੱਥੇ, ਅਦਰਵਾਈਜ਼ ਫਿਰ ਅੰਦਰ ਬੈਠ ਕੇ ਖਾਵਾਂਗੇ। ਓਕੇ, ਤੇ ਭਈਆ ਆ ਜਾਣ ਫਿਰ ਆਪਾਂ ਖਾਂਦੇ ਹਾਂ। ਤੇ ਭਈਆ ਨੂੰ ਵੀ ਮਿਲਦੇ ਆ ਅੱਗੇ, ਭਈਆ ਕਹਿੰਦੇ ਕਿ ਮੈਂ ਲੈ ਕੇ ਆਉਣਾ ਫਿਰ ਤੁਹਾਨੂੰ ਮਿਲਦਾ ਕੈਮਰਾ ਮੇਰੇ ਵੱਲ ਸੀ। ਮੈਂ ਕਿਹਾ ਮੈਨੂੰ ਪਤਾ ਬਾਅਦ 'ਚ ਲੱਗਾ ਵਿਊਅਰਸ ਨੂੰ ਕਹਿੰਦੇ ਪਏ ਆ। ਤੇ ਤੁਸੀਂ ਵੀ ਸਾਰੇ ਜਾਣੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ, ਤੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਸੋ ਭਈਆ ਘਰ ਆ ਚੁੱਕੇ ਨੇ। ਹਾਂਜੀ, ਤੇ ਭਈਆ ਛੋਲੇ ਭਟੂਰੇ ਵੀ ਲਾਏ ਨੇ। ਹਾਂ, ਸਰਵ ਵੀ ਹੋ ਗਿਆ ਛੋਲੇ ਭਟੂਰੇ। ਹਾਂਜੀ, ਤੇ ਭਈਆ ਕਹਿੰਦੇ ਕੜਛੀ ਲੈ ਕੇ ਆ, ਤੇ ਮੈਂ ਆਹ ਕੜਛੀ ਲੈ ਆਈ ਆ। ਭਈਆ ਕਹਿੰਦੇ ਕਿਨੂੰ ਕੁੱਟਣਾ ਹੈ ਤੂੰ? ਉਹ ਇੰਨੀ ਵੱਡੀ ਕੜਛੀ ਲੈ ਆਂਦੀ, ਚਲੋ ਕੋਈ ਨਾ। ਹਾਂਜੀ, ਇਹ ਸਮਾਨੀ ਆਪੇ ਤੋੜ ਦੂੰਗਾ, ਤੋੜਾਂਗੀ। ਇਹਦੇ ਚ ਕੀ ਆ? ਨਹੀਂ ਮਜ਼ਾਕ ਕਰਦਾ, ਕਈ ਗੱਲ ਨਹੀਂ। ਵਾਹ ਜੀ ਵਾਹ, ਗਰਮਾ ਗਰਮ ਛੋਲੇ ਭਟੂਰੇ। ਹਾਂਜੀ, ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ। ਹਾਂਜੀ, ਇੱਕਦਮ ਹੀ ਲੱਗੀ ਇਹਨਾਂ ਨੂੰ ਭੁੱਖ, ਤੇ ਹੋਰ ਇੱਕੋ ਦਮ, ਇੱਕੋ ਦਮ ਇੱਕੋ ਬਟਨ ਦੱਬਿਆ ਤੇ ਤਿੰਨਾਂ ਨੂੰ ਭੁੱਖ ਲੱਗ ਗਈ। ਜੇ ਨਾ ਸਰਦੀਆਂ ਦੇ ਵਿੱਚ ਨਾ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੀਆਂ ਤਿੰਨੀਆਂ ਚੀਜ਼ਾਂ, ਨਾ ਆਇਲੀ ਬਹੁਤ ਖਾਧਾ ਜਾਂਦਾ ਸਰਦੀਆਂ ਦੇ ਵਿੱਚ। ਹਾਂਜੀ, ਯੂ ਆਰ ਰਾਈਟ। ਕੋਈ ਨਾ, ਗਰਮੀ ਵਿੱਚ ਬੰਦਾ ਫੇਰ ਉਹੀ ਹਲਕੇ ਫੁਲਕੇ ਚੀਜ਼ਾਂ ਲੈ ਲੈਂਦਾ। ਸਹੀ ਗੱਲ, ਜ਼ਿਆਦਾ ਦਾਲ ਚਾਵਲ। ਹਾਂ, ਗਰਮੀਆਂ ਦੇ ਵਿੱਚ ਦਾਲ ਚਾਵਲ। ਹਾਂਜੀ, ਦਾਲ ਚਾਵਲ ਹੋ ਗਏ। ਹਾਂਜੀ, ਜਿੱਦਾਂ ਉਹ ਕੀ ਕਹਿੰਦੇ ਹੁੰਦੇ ਉਹਨੂੰ, ਠੰਡੇ ਠੰਡੇ ਚੀਜ਼ਾਂ, ਪਾਣੀ ਠੰਡਾ, ਕੋਲਡ ਡਰਿੰਕ ਠੰਡੀ। ਹਾਂਜੀ, ਕੋਲਡ ਕਾਫੀ। ਹਾਂ, ਕੋਲਡ ਕਾਫੀ, ਰੂਬਜ਼ਾ, ਮੈਂਗੋ ਸ਼ੇਕ। ਹਾਂ, ਬਣਾ ਲਈ। ਤੇ ਹੁਣ ਸਾਰਿਆਂ ਦੇ ਚਿਹਰੇ ਤੋਂ ਪਤਾ ਲੱਗਦਾ ਪਿਆ ਭੁੱਖ ਲੱਗੀ ਹੈ, ਤੇ ਖਾ ਲਈਏ ਫਿਰ, ਉਸ ਤੋਂ ਬਾਅਦ ਅੱਗੇ ਫਿਰ ਮਿਲਦੇ ਹਾਂ। ਹਾਂਜੀ, ਸੋ ਅਸੀਂ ਛੋਲੇ ਭਟੂਰੇ ਖਾ ਕੇ ਤੇ ਉੱਪਰ ਆ ਚੁੱਕੇ ਸੀ, ਤੇ ਮੈਨੂੰ ਲੱਗਾ ਸ਼ਾਇਦ ਕਿਸੇ ਨੇ ਆਵਾਜ਼ ਮਾਰੀ ਨਾ, ਉਹ ਬੱਚੇ ਖੇਡਦੇ ਆ ਉੱਧਰ। ਓਕੇ, ਬੱਚੇ ਖੇਡ ਰਹੇ, ਬੱਚੇ ਆਪਣਾ ਹੀ ਰੌਲਾ ਪਾਇਆ ਹੈ। ਹੈਲੋ, ਹਾਏ, ਹਾਂ ਰੇ ਬੱਚੇ, ਹਲੋ ਹਾਏ ਕਰਦੇ ਨੇ, ਐ ਖੁਸ਼ ਹੋ ਗਏ ਉਹ, ਹੈ ਨਾ, ਹੈਲੋ ਬੋਲਦੀ ਆਪਾਂ। ਸਹੀ ਗੱਲ ਆ, ਤੇ ਹਿਮਾਨੀ ਤਾਂ ਤੇ ਸੁਕਣੇ ਪਾਈ ਅਹੀਂ, ਹਿਮਾਨੀ ਤਾਰ ਤੇ ਸੁਕਣੇ ਪਾਈ, ਤਾਰ ਤੇ ਸੁਕਣੇ ਪਾਈ ਤੇ ਹੀ ਜਿਹੜੀ ਹਿਮਾਨੀ, ਹਿਮਾਨੀ ਤਾਰ ਦੇ ਨਾਲ ਝੂਟੇ ਲੈ ਰਹੀ ਹੈ। ਯੈਸ, ਹੈਨਾ, ਝੂਲਾ ਝੂਲ ਰਹੀ ਹਾਂ ਮੈਂ, ਮੈਂ ਪਤਾ ਨਹੀਂ ਕਿਉਂ ਮੈਂ ਬੋਰ ਹੋਈ ਜਾਂਦੀ ਪਈ ਹਾਂ। ਹਾਏ, ਸਾਰਿਆਂ ਨੇ ਵਿਊਵਰਸ ਨੇ ਕਹਿਣਾ ਅਮਨ ਜਾਸੂ ਨਾਲ ਕੋ ਆ ਕੇ ਬੋਰ ਹੋ ਰਹੀ ਹੈ। ਮੈਂ ਬੋਰ ਦਾ ਵੀ ਦੱਸਦੀ ਹਾਂ ਇਹ ਕਿਉਂ ਬੋਰ ਹੋ ਰਹੀ। ਹਾਂਜੀ, ਆਪ ਆਓਗੇ? ਗੱਲਾਂ ਮਾਰਦੇ ਪਏ ਆ। ਹਾਂਜੀ, ਮੈਂ ਦੱਸੋ ਕਿਉਂ ਬੋਰ ਹੋ ਰਹੀ ਹੈ। ਇਹ ਬੋਰ ਕਿਉਂ ਹੋ ਰਹੀ ਆ?
ਅਸਲ 'ਚ ਨਾ ਨੀਚੇ ਵਾਲੇ ਆਂਟੀ ਹੈ ਨਾ ਉੱਪਰ ਆਏ ਸੀਗੇ ਅਤੇ ਅਸੀਂ ਗੱਲਾਂ ਗੁੱਲਾਂ ਕਰਦੇ ਰਹੇ, ਮਤਲਬ ਮੈਂ ਗੱਲਾਂ ਕਰਨ ਲੱਗ ਗਈ ਉਹਨਾਂ ਨਾਲ, ਇਹ ਦੋਨੇ ਜਣੇ ਐਂ ਕਰਕੇ ਬੈਠੇ ਹੋਏ ਸੀਗੇ ਹੈ ਨਾ, ਇਹ ਤਾਂ ਕਰਕੇ ਬੋਰ ਹੋ ਗੱਲਾਂ ਮਾਰੀ ਜਾਂਦਾ ਸੀਗਾ, ਮੈਨੂੰ ਤਾਂ ਨੀਂਦ ਆਈ ਜਾਂਦੀ। ਹਾਂਜੀ ਬਤਾਤੇ ਹੈ ਬਤਾਤੇ ਹੈ। ਸੋ ਹਮ ਅਭੀ ਜਹਾਂ ਪੇ ਰੈਸਟ ਕਰੇਂਗੇ ਥੋੜ੍ਹੀ ਸੀ, ਲੇਟੇਂਗੇ ਤੋ ਜਹਾਂ ਪੇ ਲੇਟੇਂਗੇ, ਫਿਰ ਹਮ ਆਪਕੋ ਮਿਲਤੇ ਹੈ। ਕਹਾਂ ਪੇ? ਜਹਾਂ ਪੇ ਜਹਾਂ ਪੇ। ਹਾਂ ਅਬ ਕਰ ਲੈ ਰੈਸਟ ਥੋੜ੍ਹੀ ਸੀ। ਹਾਂਜੀ ਠੀਕ ਹੈ, ਆਪ ਤਾਰ ਪੇ ਸੁਕਣੇ ਪੜੇ ਰਹੋ, ਸੁੱਕ ਜਾਓਗੇ। ਆਪਕੀ ਹਿੰਦੀ ਬਹੁਤ ਅੱਛੀ ਹੈ। ਹਾਂ ਮਾਲੂਮ ਹੈ, ਵਾਟ ਕਾਟ ਦੇਤੇ ਹੈ ਭਈਆ ਤੋ, ਵਾਟ ਕਾਟ ਦੇਤੇ ਹੈ। ਹਾਂ ਵਾਟ ਕਾਟ ਦੇਤੇ ਹੈ। ਚਲੋ ਲੇਟ ਨਹੀਂ ਲਗਾ ਹੂੰ ਮੈਂ। ਓਕੇ 2 hours later। ਸੋ ਉੱਪਰੋਂ ਅਸੀਂ ਨੀਚੇ ਆ ਚੁੱਕੇ ਸੀ ਅਤੇ ਛੋਲੇ ਭਟੂਰੇ ਖਾ ਕੇ ਨੀਂਦ ਇੰਨੀ ਜ਼ਿਆਦਾ ਆਉਣ ਲੱਗ ਪਈ ਸੀ ਨਾ, ਮੈਨੂੰ ਤਾਂ ਹਜੇ ਤੱਕ ਸੁਸਤੀ ਪੈ ਰਹੀ ਹੈ, ਹਜੇ ਤੱਕ ਮੇਰੀ ਸ਼ਕਲ ਤੋਂ ਪਤਾ ਲੱਗਦਾ ਹੈਗਾ ਕਿ ਮੈਨੂੰ ਨੀਂਦ ਆਉਂਦੀ ਪਈ ਆ। ਅਤੇ ਉੱਧਰ ਭਈਆ ਬਣਾ ਰਹੇ ਆ ਸਾਡੇ ਵਾਸਤੇ ਚਾਹ, ਅਤੇ ਮੈਂ ਪੀਣੀ ਆ ਭਈਆ ਦੇ ਹੱਥ ਦੀ ਚਾਹ ਪਹਿਲੀ ਵਾਰੀ। ਅਤੇ ਤੁਸੀਂ ਦੱਸੋ ਭਈਆ ਕਿੱਦਾਂ ਦੀ ਚਾਹ ਬਣਾਉਂਦੇ ਆ? ਟੇਸਟੀ ਬਣਾਉਂਦੇ ਆ ਚਾਹ, ਔਰ ਨੋਨ ਵੈਜ ਚੀਜ਼ਾਂ ਜਿਹੜੀਆਂ ਹੁੰਦੀਆਂ ਜਸ ਬਹੁਤ ਟੇਸਟੀ ਬਣਾਉਂਦੇ ਆ, ਵੈਜ ਵਿੱਚ ਨਹੀਂ ਇੰਨੇ ਹੈਗੇ ਹਲੇ ਮਤਲਬ ਪਰਫੈਕਟ, ਨੋਨ ਵੈਜ ਬਹੁਤ ਅੱਛਾ ਬਣਾ ਲੈਂਦੇ ਆ, ਚਾਹ ਵਧੀਆ ਬਣਾਉਂਦੇ ਆ, ਇੱਕ ਬੇਸਣ ਦਾ ਹਲਵਾ ਹੁੰਦਾ ਨਾ, ਹਾਂਜੀ ਉਹ ਵੀ ਬਹੁਤ ਵਧੀਆ ਬਣਾਉਂਦੇ ਆ। ਥੈਂਕ ਯੂ ਜੀ। ਤੇ ਭਈਆ ਫਿਰ ਮੇਰੇ ਵਾਸਤੇ ਕਦੋਂ ਬਣਾ ਰਹੇ ਹੋ? ਹਾਂਜੀ ਮੇਰੇ ਵਾਸਤੇ ਕਦੋਂ ਬਣਾ ਰਹੇ ਹੋ? ਕੀ ਚਾਹ ਬਣਾ ਰਹੀ ਹੈ? ਬੇਸਣ ਦਾ ਹਲਵਾ। ਬੇਸਣ ਦਾ ਹਲਵਾ? ਹਾਂਜੀ। ਹਲਵਾ ਕਿਹੜਾ ਬਣਾਉਂਦੇ ਹੋ? ਉਹ ਜਿਹੜਾ ਪਤਲਾ ਪਤਲਾ ਬਣਾਉਂਦੇ ਹੋ? ਸੀਰਾ। ਸੀਰਾ ਕਿ ਸ਼ੀਰਾ ਪਤਾ ਨਹੀਂ ਕੀ ਕਹਿੰਦੇ ਆ। ਸੀਰਾ ਜਿਹੜਾ ਹੁੰਦਾ ਉਹ ਜ਼ਿਆਦਾ ਪਤਲਾ ਹੁੰਦਾ ਹੈ ਤੇ ਉਹ ਜਿਹੜਾ ਤੁਸੀਂ ਬਣਾਉਂਦੇ ਹੋ ਹਲਵਾ ਹੀ ਹੁੰਦਾ ਹੈ। ਓਕੇ। ਕਈ ਵਾਰੀ ਰਾਤ ਨੂੰ ਨਾ ਜਿੱਦਾਂ ਹੁਣ ਠੰਡ ਦਾ ਮੌਸਮ ਆ ਤੇ ਰਾਤ ਨੂੰ ਉਹ ਖਾਣ 'ਚ ਬਹੁਤ ਟੇਸਟੀ ਲੱਗਦਾ ਹੈ, ਵੈਸੇ ਵੀ ਨਾ ਜਿੱਦਾਂ ਜਿਹਨੂੰ ਕੋਲਡ ਕੁਲਡ ਮਾੜਾ ਮੋਟਾ ਹੋ ਜਾਂਦਾ ਉਹਦੇ ਲਈ ਵੀ ਬਹੁਤ ਅੱਛਾ ਹੁੰਦਾ ਉਹ, ਵੈਸੇ ਵੀ ਬਹੁਤ ਟੇਸਟੀ ਲੱਗਦਾ, ਮੈਂ ਤਾਂ ਬਿਨਾਂ ਕੋਲ ਦੇ ਖਾਏ ਨਹੀਂ ਆ। ਹਾਂ ਤੇ ਹਿਮਾਨੀ ਨੂੰ ਗਜਰੇਲਾ ਬਹੁਤ ਪਸੰਦ ਹੈ ਹੈ ਨਾ, ਆਪਾਂ ਗਜਰੇਲਾ ਵੀ ਬਣਾਵਾਂਗੇ। ਹਾਂਜੀ ਤੇ ਗਜਰੇਲਾ ਤੋਂ ਇੱਕ ਚੀਜ਼ ਯਾਦ ਆਈ, ਲੋਹੜੀ ਤੋਂ ਇੱਕ ਦਿਨ ਪਹਿਲੇ ਮੈਂ ਨਾ ਰਾਤੀ 2 ਵਜੇ ਉੱਠ ਕੇ ਫਿਰ ਗਜਰੇਲਾ ਬਣਾਇਆ। ਅੱਛਾ। ਸਾਡੇ ਘਰ ਨਾ ਆਉਂਦੀ ਹੈ ਇੱਕ ਛੋਟੀ ਜਿਹੀ ਬਿੱਲੀ, ਤੇ 3-4 ਗਾਜਰਾਂ ਸੀਗੀਆਂ ਤੇ ਮੈਂ ਨਾ ਬਣਾ ਲਿਆ, ਉਸ ਤੋਂ ਬਾਅਦ ਮੈਂ ਸੋਨੀ ਆ ਉੱਪਰ ਵਾਲੇ ਰੂਮ 'ਚ ਮੈਂ ਤੇ ਮੰਮਾ। ਮੈਂ ਤੇ ਮੰਮਾ ਸੋਨੇ ਆ ਉੱਪਰ ਵਾਲੇ ਰੂਮ 'ਚ ਤੇ ਮੈਂ ਨਾ ਗਜਰੇਲਾ ਬਣਾ ਕੇ ਖਾ ਖੂ ਲਿਆ, ਤੇ ਫਿਰ ਮੈਂ ਕਿਹਾ ਹੁਣ ਮੈਨੂੰ ਨੀਂਦ ਆਉਂਦੀ ਪਈ, ਮੈਂ ਬਾਕੀ ਸਵੇਰੇ ਖਾ ਲਾਂਗੀ। ਮੈਂ ਨਾ ਜਿੱਦਾਂ ਕਮਰੇ ਦੇ ਦਰਵਾਜ਼ੇ ਬੰਦ ਸੀਗੇ ਤੇ ਬਾਹਰ ਬਾਲਕਨੀ ਦਾ ਵੀ ਦਰਵਾਜ਼ਾ ਬੰਦ ਸੀਗਾ, ਮੈਂ ਨਾ ਢੋ ਤੇ ਰੱਖ ਦਿੱਤਾ। ਪਤਾ ਉੱਠੀ ਮੈਂ 11-12 ਵਜੇ, ਮੈਨੂੰ ਪਾਪਾ ਨੇ ਦੱਸਿਆ ਕਹਿੰਦਾ ਸਵੇਰੇ ਬਿੱਲੀ ਆਈ ਸੀ, ਬਿੱਲੀ ਗਜਰੇਲਾ ਖਾ ਗਈ ਤੇਰੀ ਢੋ ਤੇ ਬਹਿ ਕੇ। ਉਹ ਫਿਰ ਜਿੱਦਾਂ ਜਿਸ ਦਿਨ ਉਹ ਦੁਬਾਰਾ ਆਈ ਨਾ, ਜਦੋਂ ਉਹ ਦਿਨੇ ਦਿਨੇ ਆਈ, ਉਹ ਉਸ ਦਿਨ ਆਪਾਂ ਇੱਥੇ ਆ ਚੁੱਕੇ ਸੀਗੇ, ਗੋਦੀ ਚ ਸੋ ਰਹੀ ਸੀਗੀ। ਜਾਨਵਰਾਂ ਨਾਲ ਵੀ ਬੜਾ ਪਿਆਰ ਪੈ ਜਾਂਦਾ ਨਾ, ਘਰ ਚ ਕੁੱਤਾ ਵੀ ਹੋਵੇ ਨਾ ਉਹਦੇ ਨਾਲ ਵੀ ਬੜਾ ਵਧੀਆ ਲੱਗਦਾ ਹੁੰਦਾ। ਮੈਂ ਕਿਹਾ ਵੀ ਆਪਾਂ ਰੱਖ ਲੈਂਦੇ ਹਾਂ, ਪਰ ਇਹ ਮੰਨਦੇ ਨਹੀਂ। ਆਪ ਮੈਂ ਵੀ ਰੱਖਾਂਗੀ ਇੱਕ, ਉਹ ਛੋਟਾ ਜਿਹਾ ਟੋਏ ਪੋਮ ਨੂੰ ਰੱਖ ਲਓ ਤਾਂ ਉਹਨੂੰ ਕਿਤੇ ਵੀ ਈਜ਼ੀਲੀ ਕੈਰੀ ਕਰ ਸਕਦੇ ਆ ਆਪਾਂ।
ਫਿਰ ਇੱਕ ਮੈਂ ਹਸਕੀ ਵੀ ਰੱਖਣਾ, ਇੱਕ ਮੈਂ ਸਿਬੇਰੀਅਨ ਹਸਕੀ ਰੱਖਣਾ, ਇੱਕ ਮੈਂ ਟਾਇਰ ਪੰਪ ਰੱਖਣਾ, ਮੈਂ ਦੋਨਾਂ 'ਚ ਦੋਸਤੀ ਕਰਵਾ ਦੇਣੀ ਆ। ਹੋ ਨਹੀਂ ਸਕਦੀ ਟਾਇਰ ਪੰਪ ਚੁਟਕੂ ਜਾਂ ਕੋਈ ਗੱਲ ਨਹੀਂ, ਮੈਂ ਦੋਨੋਂ ਹੀ ਨਿੱਕੇ ਨਿੱਕੇ ਲਿਆਣੇ ਆ, ਦੋਨੋਂ ਹੀ ਨਿਆਣੇ ਲਿਆਣੇ ਆ। ਮੇਰੀ ਗੱਲ ਸੁਣ, ਹਸਕੀ ਨੇ ਤਾਂ ਵੱਡੇ ਹੋ ਜਾਣਾ ਆ ਤੇ ਟਾਇਰ ਪੰਪ ਨੇ ਇਹਨੂੰ ਜੇ ਰਹਿਣਾ ਉਹਨੂੰ ਤਾਂ ਵੱਡਾ ਹੋਣਾ ਹੀ। ਤੇ ਹਸਕੀ ਦੀ ਜਦੋਂ ਆਪਾਂ ਫਰੈਂਡਸ਼ਿਪ ਕਰਾ ਦੇਣੀ ਤਾਂ ਉਹਨੂੰ ਪਤਾ ਹੈਗਾ ਨਾ ਮੇਰਾ ਦੋਸਤ ਹੈਗਾ, ਫਿਰ ਉਹਨੂੰ ਕੁਛ ਕਹੇਗਾ ਨਹੀਂ। ਠੀਕ ਹੈ, ਹਾਂਜੀ। ਸਵੇਰ ਦੇ ਮੈਨੂੰ ਕਹਿ ਰਹੇ ਸੀ ਮਾਨੀ ਮੈਂ ਪਰਨਾ ਬੰਨਾ ਮੈਂ ਪਰਨਾ ਬੰਨਣਾ। ਅੱਜ ਕਿੱਦਾਂ ਦਿਲ ਕਰਿਆ ਸਾਡਾ ਪਰਨਾ ਬੰਨਣ ਦਾ? ਇੱਥੇ ਹੀ ਦਿਲ ਘਰ ਆਇਆ, ਮੈਂ ਚੱਲ ਬੰਨਦੇ ਆ ਤੇ ਚੇਤਾ ਨਹੀਂ ਭੁੱਲਿਆ ਤੇ ਵਾਲ ਕਾਫੀ ਤਰ੍ਹਾਂ ਦੇ ਆਉਂਦੇ ਆ, ਪੱਗ ਪੁੱਗ ਵੀ ਬੰਨ ਲਈਦੀ ਆਪਾਂ। ਓਕੇ, ਤੇ ਹੁਣ ਆਪਾਂ ਵੈਸੇ ਪਰਨਾ ਬੰਨਿਆ, ਤੂੰ ਨਹੀਂ ਸਿਰ ਕੱਚੜੀ ਦਾ ਕਵਰ ਕੀਤਾ ਉਹ ਜਸਟ ਆਉਂਦੇ ਬੰਨੇ, ਵੈਸੇ ਵੀ ਬੰਨ ਸਕਦਾ ਇਹਨੂੰ ਮੈਂ, ਪਰ ਇਹ ਥੋੜਾ ਜਿਹਾ ਨਾ ਲੜ ਛੋਟਾ ਰਹਿ ਜਾਂਦਾ, ਛੋਟਾ ਹੈ ਨਾ ਇਹ ਵਾਲਾ। ਹਾਂ, ਇਹ ਐਕਚੁਅਲ ਚ ਇਹ ਉਹ ਹੈ ਦੂਜਾ ਮਫਲਰ ਲੈ, ਤੇ ਮੈਂ ਇਹੀ ਬੰਨ ਲੈ, ਮੈਂ ਕੋਹਨ ਹੈ ਨਹੀਂਗੇ, ਮੈਨੂੰ ਸ਼ੌਕ ਜਾਗਦਾ ਕਿ ਮੈਂ ਲੈ ਕੇ ਆਵਾਂ ਬੰਨ ਲੈ। ਇੱਕ ਬਲੈਕ ਕੋਈ ਲੈ ਕੇ ਆਵਾਂਗੇ ਜਲਦੀ ਜਲਦੀ, ਠੀਕ ਹੈ, ਜਲਦੀ ਜਲਦੀ ਲੈ ਕੇ ਆਵਾਂ। ਤੇ ਚਲੋ ਛੇਤੀ ਕਰੋ, ਚਾਹ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਪਈ ਹੈ, ਹੁਣ ਵੇਟ ਨਹੀਂ ਹੋ ਰਿਹਾ। ਸੋ ਭਈਆ ਚਾਹ ਲੈ ਕੇ ਆ ਚੁੱਕੇ ਆ ਤੇ ਇਹਨਾਂ ਨੇ ਕੱਪ ਪੂਰੇ ਮੈਚਿੰਗ ਦੇ ਲੈ ਕੇ ਆਉਂਦੇ ਨੇ। ਇਹ ਮਿਸਟਰ ਭਈਆ ਦਾ, ਮਿਸਿਸ ਦੀਦੀ ਦਾ ਤੇ ਇਹ ਸਿੰਪਲੀ ਦੀ ਬੈਸਟ ਸਿਸਟਰ ਮੇਰੇ ਲਈ। ਉਹ ਕਿੱਧਰ ਕਰਾਂ, ਭਈਆ ਲੈ ਕੇ ਆਏ, ਵੈਰੀ ਗੁੱਡ ਭਈਆ, ਇੰਨਾ ਵਧੀਆ ਕੱਪ ਲਿਆਂਦਾ ਤੁਸੀਂ ਮੇਰੇ ਵਾਸਤੇ। ਇਹ ਤਾਂ ਸਾਡੇ ਮਤਲਬ ਦੋਨਾਂ ਦੇ ਇਹੀ ਆ, ਅਸੀਂ ਹਮੇਸ਼ਾ ਚਾਹ ਇਹਨਾਂ ਕੱਪਾਂ 'ਚ ਹੀ ਪੀਂਦੇ ਹਾਂ ਤੇ ਤੇਰੇ ਲਈ ਦੇਖ ਲਾ ਆਪਾਂ ਸਪੈਸ਼ਲ ਸਿਸਟਰ ਵਾਲਾ ਕੱਪ ਰੱਖਿਆ ਇਹਨਾਂ ਨੇ। ਮੈਨੂੰ ਲੱਗਦਾ ਇਹਨਾਂ ਨੂੰ ਪਤਾ ਸੀ ਹਿਮਾਨੀ ਨੇ ਆਉਣਾ ਤੇ ਇਹਨਾਂ ਨੇ ਪਹਿਲਾਂ ਹੀ ਲੈ ਕੇ ਰੱਖਿਆ ਹੈ ਨਾ। ਸਾਨੂੰ ਪਤਾ ਤਾਂ ਨਹੀਂ ਸੀਗਾ, ਇਹ ਕੁਦਰਤੀ ਹੈਗਾ ਸੀਗਾ ਬਸ, ਪਰ ਉਹ ਇਹ ਕਦੇ ਯੂਜ਼ ਨਹੀਂ ਹੋਇਆ ਕੱਪ ਕਿਉਂਕਿ ਹੁਣ ਜ਼ਿਆਦਾ ਅਸੀਂ ਦੋਨਾਂ ਤਾਂ ਉਹੀ ਪੀਂਦੇ ਹਾਂ ਹਨਾ, ਇਹ ਅਸੀਂ ਨਵੇਂ ਮੰਗਾਏ ਸੀਗੇ, ਮਤਲਬ ਸਾਡੇ ਜਾਂ ਤਾਂ ਹਸਬੈਂਡ ਵਾਈਫੀ, ਹੱਬੀ ਵਾਈਫੀ, ਮਿਸਟਰ ਮਿਸਿਸ ਹੈ ਨਾ, ਜਾਂ ਮਿਸਟਰ ਰਾਈਟ, ਮਿਸਿਸ ਆਲਵੇਜ਼ ਰਾਈਟ, ਕਿੰਗ ਕੁਈਨ, ਏਦਾਂ ਦੇ ਅਸੀਂ ਰੱਖਦੇ ਹਾਂ ਕੱਪ। ਇਹ ਕੱਪ ਇੱਕ ਏਦੀ ਬਸ ਸੋਹਣਾ ਲੱਗਿਆ ਆਪਾਂ ਲੈ ਆਂਦਾ ਤੇ ਕਦੇ ਯੂਜ਼ ਨਹੀਂ ਹੋਇਆ, ਇਹ ਮੈਨੂੰ ਲੱਗਦਾ ਪਹਿਲੇ ਫਿਰ ਤੇਰੇ ਨਾਮ ਤੇ ਬਣਿਆ ਸੀਗਾ ਇਹ। ਤੇ ਹੁਣ ਤੁਹਾਨੂੰ ਇਹ ਕੱਪ ਜਿਹੜਾ ਸਾਂਭ ਕੇ ਰੱਖਣਾ ਪੈਣਾ। ਹਾਂਜੀ, ਤੁਹਾਡੀ ਚਾਹ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਪਈ ਹੈ, ਠੀਕ ਹੈ, ਵੇਖੋ ਫਿਰ ਕਿੱਦਾਂ ਕਿੱਦਾਂ ਨੇ, ਵਧੀਆ ਹੀ ਬਣੀ ਹੋਊਗੀ ਵੈਸੇ ਤੇ। ਕੀ ਗੱਲ, ਤੇ ਹੋਰ ਮੈਂ ਜੋ ਤੁਹਾਨੂੰ ਟਿਪਸ ਦਿੱਤੇ ਸੀ ਠੰਡ ਬਹੁਤ ਲੱਗਦੀ ਪਈ ਆ। ਹਾਂਜੀ, ਸੋ ਚਾਹ ਵਗੈਰਾ ਪੀ ਕੇ ਅਸੀਂ ਬਹਿ ਚੁੱਕੇ ਸੀਗੇ ਤੇ ਭਈਆ ਨੇ ਚਾਹ ਬਹੁਤ ਹੀ ਜ਼ਿਆਦਾ ਵਧੀਆ ਬਣਾਈ ਸੀ ਤੇ ਹੁਣ ਰੋਜ਼ ਭਈਆ ਹੀ ਬਣਾਉਗੇ, ਠੀਕ ਹੈ ਦੀਦੀ? ਠੀਕ ਹੈ। ਤੇ ਅਸੀਂ ਗੱਲਾਂ ਕਰਨ ਲੱਗ ਪਏ ਤਿੰਨੋਂ ਜਾਣੇ ਤੇ ਸਾਨੂੰ ਗੱਲਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਜੋ ਆਪਾਂ ਸ਼ੁਰੂ ਹੋਏ ਤੇ ਹੁਣ ਅੱਧੀ ਰਾਤੀ ਸਾਨੂੰ ਲੱਗ ਚੁੱਕੀ ਭੁੱਖ ਤੇ ਆਪਾਂ ਸੋਚਿਆ ਕਿ ਰੋਟੀ ਨਹੀਂ ਖਾਣੀ, ਰੋਟੀ ਖਾਣ ਦਾ ਦਿਲ ਨਹੀਂ ਕਰਦਾ ਪਿਆ, ਉਦਾਂ ਸਭ ਕੁਛ ਬਣਾਇਆ ਪਿਆ ਦੀਦੀ ਨੇ ਤੇ ਆਪਾਂ ਦੀਦੀ ਦੀ ਮਿਹਨਤ ਵੇਸਟ ਕਰਦੇ ਪਏ ਹਾਂ। ਸਭ ਚੀਜ਼ ਵਗੈਰਾ ਸਭ ਕੁਛ ਬਣੀ ਪਈ ਹੈ, ਮਿਹਨਤ ਕੋਈ ਵੇਸਟ ਨਹੀਂ ਹੈ।
ਪਰ ਮਿਹਨਤ ਤੇ ਹੁੰਦੀ ਹੈ ਨਾ। ਹਾਂਜੀ ਤੇ ਆਪਾਂ ਸਵੇਰੇ ਓਹਦਾ ਕੋਟਾ ਪੂਰਾ ਕਰ ਦਾਂਗੇ। ਤੇ ਹੁਣ ਸਾਡਾ ਦਿਲ ਕੀਤਾ ਕਿ ਅਸੀਂ ਮੈਗੀ ਖਾਣੇ ਆ ਤੇ ਨਾਲ ਅਸੀਂ ਖਾਵਾਂਗੇ ਬ੍ਰੈਡ ਬਟਰ। ਤੇ ਦੀਦੀ ਬਣਾ ਰਿਹਾ ਮੈਗੀ, ਤੜਕਾ ਲਗਾ ਰਿਹਾ ਤੇ ਬ੍ਰੈਡ ਬਟਰ ਬਣਾਉਗੇ ਜਾ। ਵਾਹ, ਕਿਉਂਕਿ ਇਹ ਬ੍ਰੈਡ ਬਟਰ ਖਾਣਾ। ਤੇ ਭਈਆ ਨਾ ਚਿਕਲੇ ਦਾ ਸਵਾਦ ਲਾ ਰਿਹਾ ਪੂਰਾ। ਤੇ ਹਾਂਜੀ ਭਈਆ, ਹਾਂਜੀ ਤੁਸੀਂ ਤੇ ਪਹਿਲੇ ਸਵਾਦ ਲਾਣ ਲੱਗ ਪਏ ਹੋ। ਹੋਰ ਕੀ, ਖੁਸ਼ਬੂ ਚੜ੍ਹਦੀ ਪਈ ਨਾ, ਕੀ ਵਧੀਆ ਤੜਕਾ ਲੱਗਦਾ ਪਿਆ ਦੇਸੀ ਘਿਓ ਜਿਹੜਾ ਮੈਗੀ ਦਾ। ਤੇ ਸਵਾਦ ਲੱਗਦੀ ਸਭ ਤੋਂ ਆਪਣਾ ਟੇਸਟ, ਕਈ ਰਿਫਾਈਨ ਚ ਬਣਾਉਂਦੇ ਆ, ਕਈ ਸਰੋਂ ਦੇ ਤੇਲ ਚ ਬਣਾਉਂਦੇ ਆ, ਪਹਿਲੇ ਪਾਣੀ ਚ ਵੀ ਬਣਾਉਂਦੇ ਆ। ਸੋ ਸਾਨੂੰ ਪਸੰਦ ਹੈ ਤੜਕੇ ਵਾਲੀ ਮੈਗੀ, ਤੇ ਆਪਾਂ ਉਹ ਬਣਾਵਾਂਗੇ। ਬਾਕੀ ਮੈਂ ਬਣਾਊਂਗਾ ਬਟਰ ਬ੍ਰੈਡ, ਓਕੇ ਹਨਾ। ਤੁਸੀਂ ਮੈਂ ਖਾਵਾਂਗੇ, ਫਿਰ ਆਪਾਂ ਇੱਕ ਦੋ ਪੀਸ ਉਹਦੇ ਖਾਵਾਂਗੇ, ਠੀਕ ਹੈ। ਫਿਰ ਗੱਲਾਂ ਕਰਦੇ ਕਰਦੇ ਖਾ ਕੇ ਫਿਰ ਜਾਣਾ ਸੋ। ਹੋਰਰ ਮੂਵੀ ਨਹੀਂ ਵੇਖੀ ਅੱਜ ਪਰ ਆਪਾਂ ਖਾਵਾਂ ਨਹੀਂ ਮਲਾ ਕੇ ਨਾ ਜਾ ਛਿੜਕਾ ਪੈਣੇ ਦੀਦੀ ਕੋ ਦੋਵਾਂ ਨੂੰ ਬੜਾ ਕੋਈ ਭੱਜੀ ਵੇਣਾ ਭਈਆ। ਸੋ ਆਪਾਂ ਹੁਣ ਖਾਈਏ, ਮੈਂ ਬਣਾਉਣਾ ਨਾ, ਚਲੋ ਸ਼ੁਰੂ ਕਰਾਂ ਬਣਾਉਣੀ। ਪਹਿਲਾਂ ਇੱਕ ਵਾਰੀ ਮੈਗੀ ਮਤਲਬ ਹਾਫ ਕੁੱਕ ਹੋ ਜੇ ਤੇ ਠੀਕ ਹੈ, ਠੀਕ ਹੈ, ਕਿਉਂਕਿ ਬ੍ਰੈਡ ਨਾ ਉਹ ਹੈ ਨਹੀਂ ਆ, ਹਾਂਜੀ ਠੰਡੀ ਹੋ ਜਾਏਗੀ ਤੇ ਨਾਲੇ ਉਹ ਥੋੜੀ ਉਹ ਵੀ ਹੋ ਜੂਗੀ ਢਿਲਕਣੀ ਢਿਲਕਣੀ ਜੀ ਢਿਲਕਣੀ ਢਿਲਕਣੀ ਹਾਂਜੀ। ਤੇ ਹੁਣ ਭੁੱਖ ਇੰਨੀ ਕੁ ਜ਼ਿਆਦਾ ਲੱਗੀ ਹੋਈ ਹੈ ਕਿ ਸਾਡੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ, ਤੇ ਐਜ਼ ਯੂਜੁਅਲ ਭਈਆ ਮੇਰਾ ਕੈਮਰਾ ਸੈੱਟ ਕਰਦੇ ਹੋਏ, ਤੇ ਭੁੱਖ ਇੰਨੀ ਕੁ ਜ਼ਿਆਦਾ ਲੱਗ ਚੁੱਕੀ ਹੈ ਕਿ ਹੁਣ ਬੋਲਿਆ ਵੀ ਨਹੀਂ ਜਾ ਰਿਹਾ, ਇਸ ਕਰਕੇ ਆਪਾਂ ਇੱਥੇ ਹੀ ਕਰਾਂਗੇ ਅੱਜ ਦੇ ਵਲੋਗ ਦਾ ਐਂਡ। ਤੇ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਵਲੋਗ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ। ਤੇ ਅਸੀਂ ਮਿਲਾਂਗੇ ਨੈਕਸਟ ਵਲੋਗ 'ਚ। ਬਾਏ ਬਾਏ।